ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਬਖਸ਼ ਸਿੰਘ ਫਰੋਮ ਆਸਟ੍ਰੇਲੀਆ, ਜੋ ਕਿ ਬਰਗਾੜੀ ਦਾ ਮੋਰਚਾ ਲੱਗਿਆ ਉਹਦੇ ਵਾਸਤੇ ਸਪੋਰਟ ਕਰਦਾ ਹਾਂ, ਅਤੇ ਜੋ ਮਤਲਬ ਬਹੁਤ ਸੋਹਣਾ ਇਹ ਮਤਲਬ ਕੰਮ ਕੀਤਾ ਜਿਹੜਾ ਕਿ ਗੁਰੂ ਉੱਥੇ ਗੁਰੂ ਰੂਪ ਸੰਗਤ ਨੇ ਜੋ ਕਿ ਬਹਿ ਕੇ ਆਪਣਾ ਧਰਨਾ ਦਿੱਤਾ ਅਤੇ ਮੋਰਚਾ ਲਾਇਆ, ਇਹਦੇ ਅਸੀਂ ਬਹੁਤ ਸਪੋਰਟ ਕਰਦੇ ਹਾਂ। ਅਤੇ ਨਾਲ ਹੀ ਅਕਾਲ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਇਹ ਸਾਰਾ ਕੁਛ ਕੀਤਾ ਅਤੇ ਮਤਲਬ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਅਤੇ ਬਾਕੀ ਸਭ ਠੀਕ ਹੈ, ਜੋ ਸਰਕਾਰਾਂ ਕਰਦੀਆਂ ਨੇ ਪਈਆਂ ਉਹ ਠੀਕ ਨਹੀਂ ਕਰਦੀਆਂ, ਜੋ ਕਿ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਜੋ ਕਿ ਕਿਸੇ ਦੇ ਧਰਮ ਦੇ ਉੱਤੇ ਅਟੈਕ ਨਹੀਂ ਕਰਨਾ ਚਾਹੀਦਾ। ਇਹ 'ਚ ਜਿਹੜੀਆਂ ਪਿਛਲੀਆਂ ਸਰਕਾਰਾਂ ਨਿਕਲ ਗਈਆਂ ਨੇ ਉਹ ਵੀ ਇਹੋ ਕੰਮ ਕਰਕੇ ਗਈਆਂ ਨੇ, ਅਗਲੀਆਂ ਸਰਕਾਰਾਂ ਵੀ ਇਹੋ ਕੰਮ ਕਰਕੇ ਗਈਆਂ ਨੇ, ਜੋ ਕਿ ਪੂਰੀ ਆਉਂਦੀ ਪਈ ਉਹਦੀ ਇਨਕੁਆਇਰੀ ਦੇ ਵਿੱਚ ਸਰਸਾ ਸਾਹਿਬ ਵੱਲ ਜਾ ਰਿਹਾ, ਪੂਰਾ ਨਿਸ਼ਾਨਦੇਹੀ ਉੱਧਰ ਜਾਂਦੀ ਪਈ ਹੈ ਅਤੇ ਸਰਕਾਰ ਉਹਦੇ ਅੱਗੇ ਕੋਈ ਇਨਕੁਆਇਰੀ ਨਹੀਂ ਕਰਦੀ। ਪਤਾ ਨਹੀਂ ਸਰਕਾਰ ਨੂੰ ਕਿਹੜੀ ਮਜਬੂਰੀ ਹੋ ਗਈ ਹੈ, ਕਿਉਂ ਇਸ ਤਰ੍ਹਾਂ ਕਰਦੀ ਹੈ। ਅਤੇ ਇਸ ਕਰਕੇ ਅਸੀਂ ਸਰਕਾਰ ਕੋਲੋਂ ਇਨਸਾਫ ਮੰਗਦੇ ਹਾਂ, ਅਤੇ ਜੋ ਇਨਸਾਫ ਜੋ ਦੇਣਾ ਚਾਹੀਦਾ ਸਰਕਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।